ਵੇਲਾ ਮੈਂ ਕਿੰਨੇ ਇਧਰ ਛੋਲੀਏ ਕੱਢਦੇ ਤੇ ਮੰਮੀ ਵੇਲਾ ਕੀ ਕੰਮ ਕਰੀਆਂ ਤੂੰ ਨਹੀਂ ਛੋਲੀਏ ਕੱਢਦੀ ਕੁੰਡਾ ਘੋੜ ਲੈ ਕੇ ਬੈਠਦੀ ਸੀ ਕੁਝ ਲੈ ਕੇ ਬੈਠਦੀ ਤੇਰਾ ਚੰਗਾ ਬਹਾਨਾ ਜਾ ਬਣਾਇਆ ਤੇ ਆਈ ਕਰ ਆਓ ਚੱਲੀਏ ਆਏ ਨਹੀਂ ਸਰਨਾਗਾ ਫਿਰ ਰੋਟੀ ਵੀ ਨਹੀਂ ਮਿਲਣੀ ਕਿ ਤੇ ਚਾਹ ਵੀ ਨਹੀਂ ਆ ਕਿ ਤੁਹਾਡਾ ਚੰਗਾ ਬਹਾਨਾ ਵਾ ਕੀ ਲਾਇਆ ਆ 30 ਰੁਪਏ ਤੇ ਬਹਿ ਕੇ ਹੁਣ ਆਣ ਕੇ ਚੌੜਾ ਕੇ ਮੇਰੇ ਕੋਲੇ ਨਖਾਫੜਾ ਸੋਚ ਤਾਂ ਲਿਆ ਕੇ ਲੋ ਵੀ ਹਮ ਆਪ ਇਸਕੋ ਕੂਟेंगे ਅੱਛੀ ਤਰ੍ਹਾਂ ਸੇ ਇਸਕੀ ਪਚਿੰਗੜ ਨਿਕਾਲेंगे ਇਸਕੀ ਪਚਿੰਗੜ ਫਿਰ ਨਿਕਾਲਣਾ ਛੋਲੇ 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 ਨੀ ਗੱਡੀ ਵਿੱਚ ਮਹਿਰਾਵਾ ਮੇਰੀ ਕਤਨੇ ਜਰਵਾਣ ਤੁਸੀਂ ਡੈਡੀ ਰੋਬ ਰੂਬ ਰੱਖਿਆ ਕਰੋ ਮੰਮੀ ਤੇ ਤੇਰੇ ਤੇ ਨਾ ਰੱਖਿਆ ਕਰੋ ਤੇਰੇ ਤੇ हाँ जी सत श्री अकाल जी सारयां नूं स्वागत है जी तुहाडा तुहाडे अपने चैनल जिसका नाम हरमन खुसा तुहानूं सारयां नूं पता ही आ सो स्वागत है सारयां दा बिबे स्वागत कर दो स्वागत की करा सब्जियां खा के चटकिया पिया खा खा के ते तैनूं क्या छोलिया लिया अड्डे तो जाके छोलिया लिया नहीं ते रोज तो जीरे जांदा रोज कई ता लिया जीरो लिया दस प्यो मेरे डैडी बारे नी को बोलना छोलिया कडूगा तू नी कडना गल हुण छोलिए दी हुंदी पई कोई होर गल इनवॉल्व नहीं करना विच करियो तुसीं गालां कढ़दे रहो मैनूं सारा दिन तो चलो मित्र हुण आपां लै के आउणे छोलियां अड्डे तो ਕਿੰਨਾ ਕਿ ਲੈ ਕੇ ਆਉਣਾ ਦੋ ਗੁੱਟੀਆਂ ਪੁੱਛ ਲਈ ਜਾਂਦਾ ਵੀ ਗੁੱਟੀ ਕਿੰਨੇ ਦੀ ਦਿੰਨੇ ਆ ਜੇ ਉਹਨੇ ਆਖਿਆ ਵੀ 20 ਰੁਪਈਆਂ ਦੀ ਆ ਜੇ ਮਰੀ ਜੀ ਗੁੱਟੀ ਹੋਈ 20 ਰੁਪਈਆਂ ਦੀਆਂ ਦਿੱਤੀਆਂ ਉਹਨੇ ਉਹਨਾਂ ਕਹੇ ਦੋ ਦੇ ਦੇ ਤੇ ਜੇ ਗੁੱਟੀ ਵਾਵਾ ਹੋਈ ਤੇ ਫਿਰ 20 ਰੁਪਈਆਂ ਦੀ ਇੱਕੋ ਹੀ ਗੁੱਟੀ ਲਈ ਇੱਕੋ ਜੇ ਮੇਰੀ ਲੜਾਈ ਹੋਈ ਉੱਥੇ ਨਾ ਘਟਾਏ ਉਹਨੇ ਫੇਰ ਤੇ ਦੋ ਮਾਰੀ ਲੱਫੜ ਛੋੜ ਕੇ ਜਾ ਕੇ ਘਰ ਨੂੰ ਭੱਜਿਆ ਆਹੋ ਬੇਬੇ ਤੁਸੀਂ ਤੇ ਘਰੇ ਬੈਠੇ ਰਹਿਣਾ ਗਰੀਬ ਤੇ ਮੇਰੇ ਛਿੱਤਰ ਪਵਾ ਦਿਓ ਤੁਸੀਂ ਨਹੀਂ ਪੈਂਦੇ सारे गड के चेक कर लूंगा तनवीर भी आंदा पिया तारा जी ओ मैनूं लगदा पहुंचण वाले आ सो मैं तारे नूं लै जूंगा चलो भी चली अड्डे ते आज वाह जी वाह तारा जी पहुंच चुके ने नहीं तू मैं लाले साहब तू ही भरावा वेला ही आ मैं ते वैसे क्या ही आया तू सच्ची आ गया चल गड्डी स्टार्ट कर आज आप अड्डे ते जाना जंगी जहाज ते ठीक है करो मैनू गालां पईयां ते मैं गुस्सा आवदा तेरे ते कढ़ना ही चल जल्दी अड्डे ते कर हार लेनू स्टार्ट किश्ता दे लैके सीडी सो मुंडे आ पट्टे जा केड़ा दा मोटर है हां केड़ा जेड़ा दी थाली देना है आपां 55000 मांगदी है जेड़ी तारे गल दसी की होई 55000 लेना मैं और रिबन नहीं कट देंदे उते अहीं ब्याह ते गए ते कुड़ी कहंदी की 55000 लेना मैं कहा सीडी सो मोटर साइकिल ही दे दे ਸਾਡਾ 55000 ਤਾਰੇ ਅੱਜ ਆਪਾਂ ਸ਼ਾਪਿੰਗ ਕਰਨ ਚੱਲੇ ਛੋਲੀਏ ਦੀ ਸ਼ਾਪਿੰਗ ਕਰਨੀ ਆ ਚੰਗਾ ਕੱਪੜਿਆਂ ਦੀ ਹਰ ਕੋਈ ਸ਼ਾਪਿੰਗ ਕਰਦਾ ਹੈ ਸਬਜ਼ੀ ਦੀ ਸ਼ਾਪਿੰਗ ਕਰਾ ਲੈ ਸਬਜ਼ੀ ਦੀ ਇਹ ਛੋਲੀਆਂ ਚੈੱਕ ਕਰੋ ਘਰਾਂ ਦੀ ਗੱਲਾਂ ਬਾਤਾਂ ਨਹੀਂ ਕਰਨੀਆਂ ਕੀ ਰੇਟ ਲਾਇਆ ਜੀ 30 ਦਾ ਕਿਲੋ 30 ਦਾ ਕਿਲੋ ਅਹੀਂ ਗੁਰੂਆ 10 ਰੁਪਏ ਕਿਲੋ ਲੈਣ ਨੂੰ ਫਿਰਦੇ ਤਾਰੇ ਬੇਬੇ ਨੇ ਕਿਹਾ ਸੀ 20 ਨੂੰ ਲੈ ਆਇਓ ਤੇ ਇੰਨੇ ਤੇ ਮੰਗੀ 30 ਰੁਪਏ ਜਾਂਦੇ ਆ 30 ਦੇ 60 ਜੀ ਪੈਣਾ ਵਾ ਤੇ खान पीन दी नेरी लियाई चलो तुही ना सरदार जी तुही अड्यो ना बेबे तुही इधर छोलिया चेक करो पहला उधर चेक करो बेबे कौन आया हां
ਇਹ ਲੈ ਕੇ ਆਇਆ ਥੈਂਕ ਯੂ ਕਰ ਦੋ ਬੇਬੇ 30 ਰੁਪਏ ਤਾਰੇ ਦਾ ਵਿਆਹ ਆ ਰਿਹਾ ਵਾ ਸੱਚੀ 35 ਮਗਰ ਨਹੀਂ बेबे चेक कर लो चंगी तरह फिर आप पास कर की कहना की चाहे आया गेस्ट आया तुम ओ सामने मेरी बेइज्जती करी जाने बेबे जो चंगा चीज दवा के लाया तेन गिफ्ट अपने पैसे लगे 30 रुपए ਮੰਗਣ तारा कहना 51,000 ते नहीं साडे मोटरसाइकिल खड़ा सीडी 100 ही ले जो गल ठीक है लाया या 30 रुपए के ते बह के हुन आन के चौड़ा के मेरे कोले नखाफड़ा सोच ता लिया के उठो कर डड्डे इकट्ठे कर लिया है चज दे ता ल्याऊंगा एडा सोना छोड़िया वा ਉੱਤੋਂ ਹੀ ਸੋਹਣਾ ਲੱਗਾ ਵੇਖਣ ਸੇਖਣ ਸੋਹਣੀ ਵਿੱਚੋਂ ਚੌੜ ਕੇ ਫੜਕ ਬੇਬੇ ਡਾਲਰ ਵੀ ਉਧਰ ਛੋਲੀਆ ਗੱਡੀ ਆਂਦਾ ਐ ਬੇਬੇ ਡਾਲਰ ਵੀ ਛੋਲੀਆ ਗੱਡੀ ਆਂਦਾ ਇੱਧਰ ਸਾਰਿਆਂ ਨੇ ਹਿੱਸਾ ਪਾਉਣਾ ਹਾਂ ਵਿਚਾਰਾ ਘਰੇ ਭਾਵੇਂ ਕੰਮ ਨਾ ਹੀ ਕਰੇ ਤੇ ਇੱਥੇ ਕਰਨਾ ਹੀ ਪੈਣਾ ਵਾਹ ਜੀ ਵਾਹ ਕਹਿੰਦੇ ਇੱਧਰ ਮੰਮੀ ਨੇ ਡੈਡੀ ਨੂੰ ਸੱਦ ਲਿਆ ਤੇ ਬੇਬੇ ਤੇ ਬਾਪੂ ਦੀ ਬਾਪੂ ਲੜਾਈ ਹੋਈ ਅੱਜ ਬੇਬੇ ਫੇਰ ਬੇਬੇ ਜੀ ਹਾਂਜੀ ਲੜਾਈ ਹੋਈ ਬਾਪੂ ਨਾਲ ਲੜਾਈ ਕਾਹ ਤੋਂ ਹੋਣੀ ਹੈ ਸਾਡੀ ਕਿੱਡੇ ਕਿੱਡੇ ਤੁਸੀਂ ਸਾਰੇ ਜਾਣੇ ਛੋਲੀਆ ਕੱਢਦੇ ਬਹੁਤ ਸੋਹਣੇ ਲੱਗ ਰਹੇ ਉਹ ਬੇਬੇ ਐਵੇਂ ਮੇਰੇ ਹੱਥਾਂ ਨੂੰ ਐਵੇਂ ਖਰਾਬ ਹੋ ਜਾਣਗੇ ਡੈਡੀ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਉਧਰ ਵਿਚਾਰਾ ਡਾਲਰ ਕਾਸਟ ਕਰੀ ਜਾਂਦਾ ਵੇਖੋ ਢਿੱਡ ਦੋਹਾਂ ਲੱਗ ਗਿਆ ਨਾ ਜਿਆਦਾ ਖਾ ਗਈ ਬਹੁਤ ਟੇਸਟੀ ਆ ਬਹੁਤ ਟੇਸਟੀ ਬਣਿਆ ਛੋਲੀ ਟੇਸਟੀ ਤਾਂ ਬਣਿਆ ਇਹ ਢਿੱਡ ਦੋਹਾਂ ਲੱਗ ਗਿਆ ਨਾ ਜਿਆਦਾ ਖਾ ਗਈ ਬੇਬੇ ਵੇਖ ਲਾ ਮੈਂ ਕਿੰਨੇ ਇੱਧਰ ਛੋਲੀਏ ਕੱਢਦੇ ਤੇ ਮੰਮੀ ਵੇਖ ਲਾ ਕੀ ਕੰਮ ਕਰੀ ਜਾਂਦੀ ਤੂੰ ਨਹੀਂ ਛੋਲੀਆਂ ਕੱਢਦੀ ਕੁੰਡਾ ਘੋੜ ਲੈ ਕੇ ਬੈਠਦੀ ਛਿੱਕੂ ਜੇ ਲੈ ਕੇ ਬੈਠਦੀ ਤੇਰਾ ਚੰਗਾ ਬਹਾਨਾ ਜਿਹਾ ਬਣਾਇਆ ਇਹ ਆਈ ਕਰ ਬੇਬੇ ਮੰਮੀ ਆਈ ਕਰਦੀ ਆ ਪਹਿਲਾਂ ਵੀ ਆਈ ਕਰਦੇ ਨਾ ਚੰਗਾ ਤੁਸੀਂ ਜਾਣ ਕੇ ਸਾਨੂੰ ਸ਼ੋਅ ਕਰਨ ਨੂੰ ਕਿ ਅਸੀਂ ਚਟਨੀ ਬਣਾਉਣ ਲੱਗੇ ਆ ਗੁੱਸੇ ਚ ਵੀ ਹੱਸ ਪੈਂਦੇ ਤੁਸੀਂ ਇਹ ਗੁੱਸਾ ਆ ਰਿਹਾ ਤੁਹਾਨੂੰ ਗੁੱਸਾ ਕਾਹਦਾ ਨਾ ਹੱਸਣਾ ਨਾ ਰੋਣਾ ਕੀ ਹਮਾਰੇ ਵਜ੍ਹਾ ਕੇ ਸੀ ਉਹ ਕਹਿੰਦੇ ਹਮਾਰੇ ਵਜ੍ਹਾ ਹੀ ਏਸੀ ਆ ਕੀ ਸੀ ਹਾਂਜੀ ਵਾਹ ਇਹ ਕਾਹਦੀ ਸੇਵਾ ਜੀ ਬਾਪੂ ਨੇ ਵੇਖ ਲਾ ਇੰਨੇ ਛੋਲੀਆ ਕੱਢਿਆ ਦੱਸ
ਜੋ ਜਾ ਮੂੰਹ ਪਤੋ ਜੀ ਚਪੇੜ ਉਹਨਾਂ ਕੇ ਛਵਲ ਗਿਆ ਹੋਗਾ ਤਾਂ ਉਹਨਾਂ ਕੋਲੇ ਖੜਤਾ ਵਿਚਾਰੇ ਨੇ ਉਹ ਵੀ ਇਧਰ ਘੋਟਰੇ ਨਾਲ ਹੀ ਕੱਟ ਦੇਣੀ ਆ ਸਾਰੀ ਇਹ ਬਿਆਂ ਦੀ ਵੀ ਉਹਦੇ ਚ ਨਹੀਂ ਕਰਨਾ ਕੋਟਨੇ ਕੋਟਨੇ ਨਾ ਹੀ ਕੋਟਣਾ ਲੋ ਵੀ ਹਮ ਆਪ ਇਸਕੋ ਕੂਟेंगे ਅੱਛੀ ਤਰ੍ਹਾਂ ਸੇ ਇਸਕੀ ਪਚਿੰਗੜ ਨਿਕਾਲेंगे ਇਸਕੀ ਪਚਿੰਗੜ ਨਿਕਾਲਣਾ ਕੂਟੇ ਕੀ ਨਾ ਨਿਕਾਲਣਾ ਅਗੇ ਕੁੰਡਾ ਤੋੜ ਦਿਆ ਥਾਣੀ ਮੈਂ ਨਹੀਂ ਤੋੜਿਆ ਬੇਬੇ ਨੇ ਤੋੜਿਆ ਹੀ ਕੁੰਡਾ ਤੇਰਾ ਸਾ ਵੀ ਵੈਚ ਬੇਬੇ ਦੱਸੋ ਸਾਰੇ ਨੇ ਕੁੰਡਾ ਕਿਨੇ ਤੋੜਿਆ ਇਹ अपनी अद्धी छुट्टी तो ही रहिंदी आ अद्धी छुट्टी सारी हो गई आज क्या जेड़ा गंद पाए ना ये सारा तू ही साफ करना ठीक है मैं का काम करन नु रखया इथे ते और तू कादे नहीं रखया ते छोले बाज तू कहना बहुत स्वाद बने आ बहुत स्वाद ओकरा भी तू ही चटणी आ मम्मी मम्मी थोड़ी जी मखनी होर पा दो ना कंपनी वाले दा फोन आया बापू ने हां कंपनी वाले चले जावे फिर बैठा के करना नाल फोन ले जी कंपनी वाले तंग बहुत करदे आ बेबे हां दसो सारे नु किदा फोन आया आ फ्रीज पैक पाया करो इधर कहिंदे पालक पालक ते की पाउण लगे मामा पालक ते धनिया घर दी पालक घल दिया धनिया ते घर दे गंडे आ पक गई पालक तो दा ते पालक भी ठंडी हुंदी आ सेहत लई बहुत चंगी हुंदी निगाली बहुत चंगी हुंदी आ हां ओके ते मेदे लई भी चंगी ते खाण वाले बंदे ओना लई ते बाली ज्यादा चंगी हुंदी तेरे डैडी नो मैं छा बस सुनी सुनाई गल्लां ते बड़े यकीन कर की गल हो गई हुण मैं उधर गई ते पड़ चक के पहला ही दूध पाता मैं कह जदों चाय चंगी तरह रिझे उदो दूध पाणो डैडी आप काम ही नहीं करा आज आओ चलिए चंगा बहाना वा की रोटी नहीं मिलनी डैडी जी कि टाइम आप इन्होंने दबके डरावा गे अपा आवाज उठानी पैनी है चलो नहीं तो अहीं धरना ला लेना रसोई दे बाहर मैं डैडी ते बापू ने डैडी दसो डैडी नु पता सरना नहीं बेचारे उदो ही आ गए चंगी लड़ाई हुई मेहनत मशक्कत दे बाद डैडी जी तुसीं की सोचिया हुण बेबे कहिंदी अज मैं बोली नहीं सुनाउणी जे मैनू जलेबी दोगे फिर ही बोली सुनाऊ ते डाक्टर ने बेबे का मिठा बंद किया होया ते बेबे फिर भी नहीं हटदी बेबे चोरी चोरी दाल आ जांदी आ इत्थों ਇਤੋਂ ਮੈਨੂੰ ਸਾਰਾ ਪਤਾ ਬੇਬੇ ਇੰਨੇ ਤੇਜ ਨਾ ਬਣਿਆ ਕਰ ਛੋਲੇ 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 ਨੀ ਗੱਡੀ ਵਿੱਚ ਮੈਂ ਰਾਵਾਂ ਮੇਰੀ ਕਤਨੇ ਜਰਵਾਣ ਪਟੋਲੇ ਨੀ ਇੱਕ ਤਾਂ ਤੇ ਮੈਂ ਭੁੱਲ ਗਈ ਤੇ ਮੇਰੀ ਨਾਨ ਦੇ ਗੜੋਟੇ ਤੋਲੇ ਨੀ ਨਾਰ ਦੁਹਾ ਜੂਦੀ ਪਰ ਪਰ ਅੱਖੀਆਂ ਡੋਲੇ ਨੀ ਨਾਰ ਦੁਹਾ ਜੂਦੀ ਪਰ ਪਰ ਅੱਖੀਆਂ ਡੋਲੇ ਨੀ ਨਾਰ ਦੁਹਾ ਜੂਦੀ ਬੇ ਕਿੰਨਾ ਦੀ ਨਾਰ ਕਿੰਨਾ ਦੀ ਦਾ ਜੂ ਕੌਣ ਆ ਕੂਕਰ ਸੀਟੀਆਂ ਮਾਰਦਾ ਸ਼ਰਮ ਨਹੀਂ ਆਉਂਦੀ ਕੂਕਰ ਨੂੰ रोज ही कौन ना कौन बनाते रहते तो ना मेरी ये कोशिश होंगी कि जो भी आप घरे सारा दिन जो भी कुछ करते हैं खाने पीने बनाने वो सारा कुछ ही आप दिखाइए तो ता करके हम अज मामा की बनता पा अच्छे छोलिया हां छोलिया बन रहे अज सा घरे चलो वीकरा दी मिस्क करके इसको अंदर सीट लेंगे अच्छी तरह इसकी रगड़ाई करेंगे गोल गोल घुमाएंगे इसको घुमाओ ये दुनिया गोल मटोल वैसे हमारी सब्जी भी गोल मटोल
ਕਿਉਂਕਿ ਬੇਬੇ ਦੀ ਬਹੁਤ ਹਸੀ ਗਈ ਰੋਜ਼ ਰੋਜ਼ ਮੈਨੂੰ ਆਂਦੀ ਸੀ ਅਰਮਨ ਵੇਲਾ ਆਖੇ ਨਹੀਂ ਲਾ ਦੇ ਲਿਆਉਂਦਾ ਨਹੀਂ ਛੋਲੀਆਂ ਨਹੀਂ ਲਿਆਉਂਦਾ ਅੱਜ ਫਿਰ ਛੋਲੀਆਂ ਲੈ ਆਂ ਤੈਨੂੰ ਛੋਲੀਆਂ ਦਾ ਸੀਜ਼ਨ ਜਾਣ ਵਾਲਾ ਆਪਾਂ ਛੋਲੀਆਂ ਦੇ ਨਵਾਂ ਨਹੀਂ ਕੀਤਾ ਤੇ ਅੱਜ ਪਹਿਲਾ ਦਿਨ ਆਪਾਂ ਛੋਲੀਆਂ ਤਾਰ ਲੱਗੇ ਬਿਲਕੁਲ ਮੰਮੀ ਇਹ ਦੱਸੋ ਕਰਾਂ ਦੀ ਸਾਰਿਆਂ ਨੂੰ ਇਹਦੇ ਵਿੱਚ ਹੋਰ ਆਪਾਂ ਕੀ ਪਾਵਾਂਗੇ ਇਹਦੇ ਚ ਬਸ ਨੂਨ ਮਿਰਚ ਮਸਾਲਾ ਹਲਦੀ ਬਸ ਤੇ ਆਲੂ ਮੈਨੂੰ ਲੜਦੇ ਰਹਿੰਦੇ ਭੂਰੀਆਂ ਕੀੜੀਆਂ ਤੁਹਾਨੂੰ ਲੜਦੀਆਂ ਰਹਿੰਦੀਆਂ ਬੇਬੇ ਤੂੰ ਹਲੇ ਇਹਦੇ ਝੂਠ ਨੀ ਸੁਣੇ ਇਹਦੀਆਂ ਗੱਲਾਂ ਤੇ ਨਾ ਯਕੀਨ ਕਰੀ ਚੱਲੀ ਬਹੁਤ ਝੂਠ ਛੱਡਦਾ ਏ ਸਾਰੇ ਜਾਣਦੇ ਝੂਠੇ ਦੇ ਕੋਲੇ ਹੁੰਦੇ ਆ ਤੂੰ ਮੇਰੀ ਗੱਲ ਸੁਣ ਹਾਂ ਰਾਈ ਭਾਬੋ ਰਾਤ ਕੱਟ ਗਏ ਤੇ ਤੇਰਾ ਡੋਲ ਗਿਆ ਘੜੇ ਦਾ ਪਾਣੀ ਹਾਂ ਤੇ ਆਪਣਾ ਕਿਹੜਾ ਜੋ 200 ਕੀ ਆ ਹਾਂ 200 ਕੀ ਆ ਇਹਨਾਂ ਤੇ ਝੂਠ ਸੁਣਾਈ ਆ ਤਾਂ 200 ਕਿ ਨਹੀਂ ਮੈਨੂੰ ਕਿਵੇਂ ਬਾਪੂ ਨਹੀਂ ਨਹੀਂ ਦੁਬਾਰਾ ਦੱਸੋ ਬਾਪੂ ਜੀ ਕਹਿੰਦੇ ਇਹਨਾਂ ਦੀਆਂ ਗੱਲਾਂ ਝੂਠੀਆਂ ਪਰ ਜਿਹੜਾ ਤੁਸੀਂ ਕੈਮਰੇ 'ਚ ਇੱਦਾਂ ਇੱਦਾਂ ਕਰਦੇ ਉਹ ਸਾਰਾ ਕੁਝ ਸੱਚ ਹੀ ਆ ਗੰਢੀ ਨੀ ਇੰਨਾ ਸਮਾਨ ਪਾਇਆ ਵਿੱਚ ਕਰਾਇਆ ਨਾਲ ਤੁਸੀਂ ਇਹੋ ਜਿਹੀ ਸ਼ਾਬਾਸ਼ ਦਿੰਦੇ ਤਾਂ ਹੀ ਮੈਂ ਕੰਮ ਨੀ ਕਰਾਉਂਦਾ ਹੁੰਦਾ ਲਓ ਵੀ ਇੱਧਰ ਆ ਗ੍ਰੇਵੀ ਜੀ ਤਾਂ ਏਡੀ ਘੈਂਟ ਲੱਗੀ ਜਾਂਦੀ ਆ ਨਾ ਮਿਕਸ ਕਰਦਾ ਲਓ ਵੀ ਇਧਰ ਚੈੱਕ ਕਰੋ ਮਮਾ ਬਾਲਾ ਨਾ ਪਾਣੀ ਪਾਇਓ ਜੇ ਕੁਕਰ ਨੇ ਸੀਟੀ ਮਾਰੀ ਨਾ ਅਸੀਂ ਢਾ ਲੈਣਾ ਈ ਬੇਬੇ ਅੱਗੇ ਕਹੀ ਜਾਂਦੇ ਕੁਕਰ ਬੇਬੇ ਕਹਿੰਦੇ ਮੈਂ ਕੋਲੋਂ ਦੀ ਨੰਗੀ ਤੇ ਕੁਕਰ ਸੀਟੀਆਂ ਮਾਰੀ ਜਾਵੇ ਮੈਨੂੰ ਵੇਖ ਕੇ ਮੈਂ ਕਿਹਾ ਦੂਜਾ ਕੁੜਤੇ ਪਜਾਮੇ ਲੈ ਕੇ ਨਾ ਨਾਲ ਕੋਈ ਕੁੜਤੇ ਪਜਾਮੇ ਵੀ ਲੈ ਕੇ ਜਾਣੀਆਂ ਪੈਂਟਾਂ ਸ਼ਰਟਾਂ ਵੀ ਪੈਂਟਾਂ ਸ਼ਰਟਾਂ ਵੀ ਲੈ ਕੇ ਆਣੀਆਂ ਹਾਂ ਤੇ ਦੂਜਾ ਪੱਗਾਂ ਤੇ ਕੋਟ ਪੈਂਟ ਬੇਬੇ ਪ੍ਰੈਸ ਕਰੀ ਜਾਂਦੀ ਉਹ ਤਾਂ ਪ੍ਰੈਸ ਆਉਂਦਿਆਂ ਨੂੰ ਹੋਊਗਾ ਇੱਧਰ ਕਹਿੰਦੇ ਚੰਡੀਗੜ੍ਹ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਉਹ ਤੁਸੀਂ ਅੱਗੇ ਅਗਲੇ ਵਲੌਗ 'ਚ ਵੇਖਿਓ ਉਹ ਤਾਂ ਠੀਕ ਆ ਬੇਬੇ ਨੇ ਜਾਣ ਨਹੀਂ ਦੇਣਾ ਮੈਂ ਤੈਨੂੰ ਦੱਸੀ ਜਾਂਦਾ ਗਾਲਾਂ ਪੈ ਜਾਣੇ ਤੂੰ ਵੀ ਪੱਗਾਂ ਲੈ ਜੀ ਨਾਲ ਤੇ ਮੈਂ ਹੋਰ ਰੰਗ ਦੀਆਂ ਲੈ ਜੀ ਤੂੰ ਹੋਰ ਰੰਗ ਦੀਆਂ ਲੈ ਜੀ ਤੇ ਬਾਅਦ 'ਚੋਂ ਐਂ ਵੰਡ ਕੇ ਬੰਨ ਲਾਂਗੇ ਵੰਡ ਕੇ ਤਾਂ ਬੇਬੇ ਨੇ ਉਹ ਤਾਂ ਨਾਲ ਫਿਰ ਪੱਗਾਂ ਵੀ ਮਿਲਣਗੇ ਇਹ ਬੰਦਾ ਮੈਨੂੰ ਵਿਗਾੜਨ ਵਾਲਾ ਆ ਬੰਦਾ ਆਓ ਤਾਰਾ ਜੀ ਸਟੰਟ ਨਹੀਂ ਕਰਾਉਣੇ ਚੱਲ ਆਇਆ ਆ ਸੀਟ ਬੈਲਟ ਲਾ ਲਈ ਓਕੇ ਮੈਨੂੰ ਜਲੇਬੀਆਂ ਨੀ ਦਿੱਤੀਆਂ ਆ ਚੱਕੋ ਤੁਹਾਡੇ ਵਾਸਤੇ ਲੈਮਕਾ ਲੈ ਕੇ ਆਂਦਾ ਡਾਕਟਰ ਨੇ ਕਿਹਾ ਸੀ ਲੈਮਕਾ ਸਾਡਾ ਹੋ ਗਿਆ ਸੀ ਖਤਮ ਤੇ ਆ ਚੱਕੋ ਛੋਲੀਏ ਦੀ ਸਬਜ਼ੀ ਕਰਾਂ ਦੀ ਘੈਂਟ ਦੋਸਤੋ ਤੁਸੀਂ ਸਾਰਿਆਂ ਨੇ ਸਬਜ਼ੀ ਵੇਖ ਹੀ ਲਈ ਹੋਣੀ ਜਿਹਦੇ ਪਿੱਛੇ ਅੱਜ ਇੰਨਾ ਯੁੱਧ ਹੋਇਆ ਤੇ ਤੁਹਾਨੂੰ ਦੱਸ ਦਈਏ ਜਿਹੜੀ ਪਿਛਲੇ ਵਲੌਗ ਵਿੱਚ ਆਪਾਂ ਬਾਤ ਪਾਈ ਸੀ ਨਿੱਕੇ ਨਿੱਕੇ ਠੇਂਗ ਨੇ ਸੰਦੂਕ ਚੱਕੀ ਜਾਂਦੇ ਆ ਰਾਜਾ ਪੁੱਛੇ ਰਾਣੀ ਨੂੰ ਇਦਾਂ ਕਰਕੇ ਆਪਾਂ ਜਿਹੜੀ ਬਾਤ ਪਾਈ ਸੀ ਉਹਦਾ ਆਂਸਰ ਹੈਗਾ ਸੀ ਟ੍ਰੇਨ ਤੇ ਬੜੇ ਜਾਣਿਆਂ ਦੇ ਸਹੀ ਆਂਸਰ ਸੀ ਆਪਣੇ ਮਨਪ੍ਰੀਤ ਵੀਰੇ ਦੇ ਦਿਲਪ੍ਰੀਤ ਵੀਰੇ ਦੇ ਬਹੁਤ ਜਾਣਿਆਂ ਨੇ ਸਹੀ ਆਂਸਰ ਦਿੱਤੇ ਸੋ ਇਹਦਾ ਆਂਸਰ ਹੈਗਾ ਸੀ ਟ੍ਰੇਨ ਦੇ ਡੱਬੇ ਸੋ ਬਹੁਤ ਜਾਣੇ ਨੇ ਸਹੀ ਆਂਸਰ ਦਿੱਤੇ ਸੋ ਕੱਲ ਮਿਲਾ ਕੇ ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਵਲੌਗ ਜ਼ਰੂਰ ਪਸੰਦ ਆਇਆ ਹੋਊਗਾ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੁਸੀਂ ਵਲੌਗ ਵੇਖ ਵੀ ਲੈਂਦੇ ਹਾਂ ਸਾਰਾ ਲਾਸਟ ਤੱਕ ਅਤੇ ਸਬਸਕ੍ਰਾਈਬ ਨਹੀਂ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਵੀ ਕਰਦਿਆ ਕਰੋ ਸੋ ਨਵੇਂ ਨਵੇਂ ਘੈਂਟ ਹੁਣ ਆਪਾਂ ਡੇਲੀ ਵਲੌਗ ਪਾਈ ਆਇਆ ਕਰਨੇ ਇੱਕ ਦਿਨ ਛੱਡ ਕੇ ਰੋਜ਼ ਵਲੌਗ ਆਇਆ ਕਰਨਾ ਸੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਇੰਸਟਾਗ੍ਰਾਮ ਸਨੈਪਚੈਟ ਆਈ ਡੀ ਆ ਨੀਚੇ ਮੈਨਸ਼ਨ ਕੀਤੀ ਪਈ ਆ ਹੋਰ ਹੱਸਣ ਵਾਸਤੇ ਇੱਥੇ ਵੀ ਫੋਲੋ ਕਰ ਲਿਓ ਥੈਂਕ ਯੂ ਸੋ ਮੱਚ ਲਵ ਯੂ ਜਲਦ ਮਿਲਦੇ ਨਿਊ ਵਲੌਗ ਵਿੱਚ ਲਵ ਯੂ